हां जी सत श्री अक दोस्तो न्यूज टी वी देख रोत्यां बेरेमी दोरने सबर मार आपी दर्दनाक ताजा वडि खबर आता शुरू करून पहिला जे लोकांनी चॅनल सबस्क्राईब नाही सबस्क्राईब करते वीडिओ अध लाईक ते शेअर करज बेरेमी देर वलो सब्बल मारे आपली भरजाई दर्दनाक मोत दिली गे आहे हे मामलं हुश्यारपूर जेल तो समने जिथे ਸਾਲਾ ਖੁਰਦੇ ਦੇ ਦਿਨ ਆਉਣ ਵਾਲੀ ਪਿੰਡ ਜੱਸੋਵਾਲ ਵਿਖੇ ਉਸ ਸਮੇਂ ਸੋਗ ਦੀ ਲਹਿਰ ਫੈਲ ਗਈ ਜਦੋਂ ਇੱਕ ਦਿੌਰ ਵੱਲੋਂ ਆਪਣੇ ਹੀ ਧੀ ਨੂੰ ਮੋਢ ਦੇ ਘਾਟ ਉਤਾਰ ਦਿੱਤਾ ਗਿਆ ਦੱਸਿਆ ਗਿਆ ਇਹ ਜਿੱਤੀ ਇਸ ਸਮੇਂ 17 ਸਾਲਾਂ ਪਹਿਲਾਂ ਵਿਆਹ ਕਰਕੇ ਲਿਆਂਦੀ ਗਈ ਸੀ ਨੇਤਾ ਦੇਵੀ ਨੂੰ ਉਸਦੇ ਰਿਸ਼ਤੇ ਚ ਦਿੌਰ ਲੱਗੇ ਹਰਪ੍ਰੀਤਮ ਸਿੰਘ ਵੱਲੋਂ ਆਪਣੇ ਵਾਅਦੇ ਚ ਚੱਲਦੇ ਹੋ ਉਸ ਸਮੇਂ ਮੋਢ ਦੇ ਘਾਟ ਉਤਾਰ ਦਿੱਤਾ ਗਿਆ ਜਿਸ ਸਮੇਂ ਉਹ ਆਪਣੇ ਘਰ ਚ ਇਕੱਲੀ ਸੀ ਉਸ ਸਮੇਂ ਉਸ ਦਾ ਪਤੀ ਸਿੰਦਰਪਾਲ ਮੱਝ ਵੇਚਣ ਵਾਸਤੇ ਡੰਗਰ ਮੰਡੀ ਕੁਲਾਰੀ 5 ਨੰਬਰ ਚ ਨੂੰ ਗਿਆ ਸੀ ਅਦੇਸ ਦਾ ਪਿਤਾ ਵੀ ਖੇਤਾਂ 'ਚ ਪੱਠੇ ਲੈਣ ਵਾਸਤੇ ਗਿਆ ਹੋਇਆ ਸੀ ਉਸ ਸਮੇਂ ਹੀ ਦੋਸ਼ੀ ਵੱਲੋਂ ਘਰੇ ਜਾ ਕੇ ਸੱਬਲ ਮਾਰ ਕੇ ਉਸ ਦਾ ਬੇਰੇਮੀਨਾ ਕਤਲ ਕਰ ਦਿੱਤਾ ਗਿਆ ਅਨੀਦਾ ਦੇ ਸਹੁਰੇ ਮਹਿੰਦਰ ਸਿੰਘ ਬੋਲ ਦੱਸਿਆ ਗਿਆ ਹੈ ਕਿ ਜਦੋਂ ਉਹ ਘਰ 'ਚ ਆਇਆ ਤਾਂ ਵੇਖਿਆ ਕਿ ਉਹਨਾਂ ਦੀ ਨੂੰ ਖੂਨ ਨਾਲ ਲੱਤ-ਪਾਤ ਕਮਰੇ 'ਚ ਫਰਸ਼ ਤੇ ਡਿੱਗੀ ਹੋਈ ਸੀ ਤੇ ਬੇਰੇ ਖੂਨ ਬਹਿਣ ਦੇ ਕਾਰਨ ਉਸ ਦੀ ਮੌਤ ਹੋ ਚੁੱਕੀ ਹੈ ਬਾਕੀ ਖਬਰ ਨੂੰ ਅੰਤ ਤੱਕ ਦੇਖ ਲੈਣੇ ਤੁਹਾਡਾ ਬੀ